ਇਹਨੇ ਕਲਿੱਕ ਕਰੀ ਤੇ ਮੈਂ ਵੇਖਣ ਗਿਆ ਸੀ ਤੇ ਮੈਂ ਗਾਂਧੀ ਗਰਾਊਂਡ ਦੀ ਗੱਲ ਹੈ ਮੈਨੂੰ ਖਾਲੀ ਕੋਕ ਦੀਆਂ ਬੋਤਲਾਂ ਨਾ ਬੜੀਆਂ ਪਈਆਂ ਸਿਰ ਤੇ ਕਿਉਂਕਿ ਨਾਈਟ ਸੀਗੀ ਦਲੇਰ ਭੱਜ ਗਈ ਤੇ ਗਾਂਧੀ ਗਰਾਊਂਡ ਦੇ ਵਿੱਚ ਹੋਈ ਸੀ ਬੋਲੋ ਤਾਰਾ ਰਾਤ ਤੋਂ ਬਾਅਦ ਸੋ ਮੈਂ ਇੰਨਾ ਵੱਡਾ ਫੈਨ ਦਲੇਰ ਭੱਜ ਦਾ ਔਰ ਮੇਰੇ ਹੋਰ ਵੀ ਜਿੰਨੇ ਵੀ ਕਲਾਕਾਰ ਦੋਸਤ ਆਏ ਨੇ ਮਲਕੀਤ ਭਾਅ ਜੀ ਗੋਲਡਨ ਸਟਾਰ ਸਾਡੀ ਪੰਜਾਬੀ ਨੂੰ ਇੰਨਾ ਉੱਪਰ ਲੈ ਕੇ ਜਾਣ ਵਾਲੇ ਦਲੇਰ ਭਾਅ ਜੀ ਕਿਉਂਕਿ ਪੱਗ ਨਾਲ ਜਦੋਂ ਆ ਕੇ ਇਹਨਾਂ ਨੇ ਸਟੇਜ ਤੇ ਐਸੀਆਂ ਪਰਫਾਰਮੈਂਸਿਸ ਦਿੱਤੀਆਂ ਨੇ ਸਾਡੀ ਪੰਜਾਬੀ ਜਿਹੜੀ ਉਹ ਇੰਟਰਨੈਸ਼ਨਲ ਲੈਵਲ ਤੇ ਪਾਪੂਲਰ ਹੋ ਗਈ ਸੋ ਇਹਨਾਂ ਨੂੰ ਕ੍ਰੈਡਿਟ ਜਾਂਦਾ ਜੀ ਸਾਰਿਆਂ ਨੂੰ ਜ਼ੋਰਦਾਰ ਤਾਲੀਆਂ ਇੱਕ ਵਾਰੀ ਦਲੇਰ ਭਾਅ ਜੀ ਲਈ ਮਲਕੀਤ ਭਾਅ ਜੀ ਲਈ ਸਾਡੇ ਨਛੱਤਰ ਭਾਅ ਜੀ ਆਏ ਨੇ ਸਾਡੇ ਵੀਰ ਜੀ ਬਲਵਿੰਦਰ ਸਫਰੀ ਸਾਹਿਬ ਬੜੇ ਮਤਲਬ ਮੈਂ ਸਫਰੀ ਸਾਹਿਬ ਦਾ ਬੜਾ ਫੈਨ ਹਾਂ ਪਹਿਲੀ ਵਾਰੀ ਮੁਲਾਕਾਤ ਹੋਈ ਹੈ ਫਿਰ ਸਾਡੇ ਵਿੱਕੀ ਭਾਅ ਜੀ ਮੇਰਾ ਰਿਸ਼ਤਾ ਕਰਾਇਆ ਜੀ ਇਹਨਾਂ ਨੇ ਇਹਨਾਂ ਲਈ ਤੇ ਜ਼ੋਰਦਾਰ ਤਾਲੀਆਂ ਹੋਣੀਆਂ ਚਾਹੀਦੀਆਂ ਨੇ ਸਾਡੇ ਸਤਿੰਦਰ ਸਰਤਾਜ ਸਾਹਿਬ ਸਟੇਜ ਤੇ ਨੇ ਰਜੀਵ ਠਾਕੁਰ ਮੇਰਾ ਵੀਰ ਸੱਤੀ ਮੇਰੀ ਵੱਡੀ ਭੈਣ ਕਿੱਥੇ ਹੈ ਪੁਰਾਣੇ ਲੋਕਾਂ ਨੂੰ ਮਿਲ ਕੇ ਮੇਰੇ ਕੁਛ ਟੀਚਰ ਨੇ ਪੁਰਾਣੇ ਸੀ ਆ ਕੇ ਉਹਨਾਂ ਨੂੰ ਬੜੇ ਸਾਲਾਂ ਬਾਅਦ ਮੁਲਾਕਾਤ ਕੀਤੀ ਸੋ ਖੈਰ ਦਲੇਰ ਭਾਈ ਨੂੰ ਮੈਂ ਜਦੋਂ ਪਹਿਲੀ ਵਾਰੀ ਗਾਂਧੀ ਗਰਾਊਂਡ ਦੇਖਿਆ ਸੀਗਾ ਮੈਂ ਕਦੀ ਇਮੈਜਿਨ ਨਹੀਂ ਸੀ ਕੀਤਾ ਮੈਂ ਆਪਣੇ ਸ਼ੋਅ ਚ ਕਦੀ ਕਦੇ ਪੁੱਛਦਾ ਹੁੰਦਾ ਨਾ ਕਿ ਤੁਸੀਂ ਕਦੇ ਸੋਚਿਆ ਸੀ ਮੇਰੇ ਸ਼ੋਅ ਚ ਆਓਗੇ ਮੈਂ ਕਦੇ ਨਹੀਂ ਸੋਚਿਆ ਕਿ ਮੇਰੇ ਵਿਆਹ ਚ ਦਲੇਰ ਭਾਅ ਜੀ ਇੱਕ ਦਿਨ ਪਰਫਾਰਮ ਕਰਨਗੇ ਇੱਕ ਵਾਰੀ ਦਲੇਰ ਭਾਅ ਜੀ ਨੂੰ ਜ਼ੋਰਦਾਰ ਤਾਲੀਆਂ ਹੋਣੀ ਚਾਹੀਦੀਆਂ ਨੇ ਸੋ ਆ ਢੋਲ ਦਾ ਇਹ ਅੱਛਾ ਠੀਕ ਹੈ ਕੋਈ ਨੀ ਜਿੰਦਾ ਰਹਿ ਤੈਨੂੰ ਰੱਬ ਨੇ ਦਿੱਤਾ ਬਜਾਈ ਚੱਲ ਜਦੋਂ ਤੱਕ ਪਾਟਗਾ ਨਹੀਂ ਹਟਣਾ ਨਹੀਂ ਹੈ ਪ੍ਰਤਾਨ ਦੇ ਲਾਗੇ ਲਾਗੇ ਆ ਕੇ ਵਜਾਉਂਦੇ ਨੇ ਕਈ ਵਾਰੀ ਸੋ BSF ਬੈਂਡ ਮੈਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਡੇ ਦੋਸਤ ਨੇ ਮੈਂ ਅਸੀਂ BSF ਲਈ ਜਾਂ CRPF ਲਈ ਜਾਂ ਪੈਰਾਮਿਲਟਰੀ ਫੋਰਸਿਸ ਲਈ ਅਸੀਂ ਇਵੈਂਟਸ ਬਹੁਤ ਸਾਰੇ ਕਰਦੇ ਰਹਿੰਦੇ ਹਾਂ ਚੈਰਿਟੀ ਸ਼ੋਅਜ਼ ਵੀ ਕਰਦੇ ਰਹਿੰਦੇ ਹਾਂ ਸੋ ਇਹਨਾਂ ਦੀ ਵੀ ਖੁਆਇਸ਼ ਸੀਗੀ ਅੱਜ ਸਾਡੇ ਵਿਆਹ ਦੇ ਉੱਪਰ ਕਿਉਂਕਿ ਮੈਂ ਇੱਕ ਪੁਲਿਸ ਵਾਲੇ ਦਾ ਬੇਟਾ ਜੀ ਸੋ ਇਹ ਉਹਨਾਂ ਦਾ ਪਿਆਰ ਹੈ ਕਿ ਉਹ ਖਾਸ ਤੌਰ 'ਤੇ ਸਾਡੇ ਵਿਆਹ ਦੇ ਵਿੱਚ ਪਰਫਾਰਮ ਕਰ ਰਹੇ ਨੇ ਹੋਰ ਜਿੰਨੇ ਵੀ ਸਾਡੇ ਦੋਸਤ ਇੱਥੇ ਮੌਜੂਦ ਨੇ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਜੀਆਂ ਨੂੰ ਸੋ ਮਜ਼ਾ ਕਰੋ ਹੁਣ ਜ਼ਿਆਦਾ ਗੱਲਾਂ ਨਹੀਂ ਕਰਨੀਆਂ ਗੱਲਾਂ ਤਾਂ ਆਪਾਂ ਕਰਦੇ ਰਹੇ ਬਚਪਨ ਤੋਂ ਲੈ ਕੇ ਹੁਣ ਤੱਕ ਨਤੀਜਾ ਕੋਈ ਨਿਕਲਿਆ ਤਾਂ ਹੈ ਨਹੀਂ ਸੋ ਦਲੇਰ ਭਾਅ ਜੀ ਨੂੰ ਸੁਣਦੇ ਹਾਂ ਭਾਅ ਜੀ ਪਲੀਜ਼ ਜੋ ਤੁਨਕ ਤੁਨਕ ਤੁੰਬਰ ਸਾਰੇ ਅੰਮ੍ਰਿਤਸਰ ਨੱਚੋ ਭਾਅ ਜੀ ਅੱਜ ਸੋ ਆਸ਼ੀਰਵਾਦ ਦੇਣਾ ਜੀ ਤੁਸੀਂ ਮੈਨੂੰ ਤੇ ਅਸ਼ੀਰਵਾਦ ਤੇ ਇੱਕ ਸੈਕਿੰਡ ਦੁਆ ਕਰਨਾ ਉਹ ਤਾਂ ਤੁਸੀਂ ਕਰ ਹੀ ਲਿਓ ਸਾਡੇ ਦੋਵਾਂ ਲਈ ਇਹ ਦੁਆ ਕਰਨਾ ਵੀ ਜ਼ਿਆਦਾ ਮੈਨੂੰ ਤੰਗ ਨਾ ਕਰੇ ਮੈਂ ਡਰਦਾ ਵਿਆਹ ਨਹੀਂ ਕਰਾਉਂਦਾ ਭਾਜੀ ਬੜੇ ਸਾਲਾਂ ਤੋਂ ਤੇ ਕਿੰਨਾ ਕੰਟੈਂਟ ਇਹਨਾਂ ਨੇ ਜੇ ਤੁਸੀਂ ਫੇਸਬੁੱਕ ਤੇ ਪਾਈਆਂ ਨਾ ਵੀਡੀਓ ਤੇ ਮੈਂ ਜਿਹੜੇ ਕਾਰਡ ਗਏ ਨੇ ਨਾ ਘਰਾਂ ਚੋਂ ਵਾਪਸ ਬੁਲਾ ਲੈਣ ਥੈਂਕ ਯੂ ਸੋ ਮਚ ਇੰਜੋਏ ਦਲੇਰ ਭਾਜੀ ਨੂੰ ਭਾਜੀ ਪਲੀਜ਼ ਨਾਲ ਨਾਲ ਤੁਹਾਡੇ ਨਾਲ ਕਿੰਨੇ ਹੈਲੋ ਤੁਹਾਡੇ ਨਾਲ ਮੀਕੇ ਤੁਹਾਡੇ ਨਾਲ ਮੀਕੇ ਕੋਈ ਗਾਇਆ ਜਾਂਦਾ ਤੇ ਨਹੀਂ ਭਾਜੀ ਵੀ ਪਿੱਚ ਜਿਹੜੀ ਮਾਰ ਰਹੇ ਨੇ ਜੋ ਇੰਨਾ ਐਸਾ ਸ਼ੋਰ ਬਖਸ਼ਿਆ ਸੋ ਮੈਂ ਚਲੋ ਬਣਾ ਲਈ ਭਾਜੀ ਉਹ ਦੁਨੀਆ ਯਾਰਾਂ ਨੂੰ ਬੰਗੀ ਨਾ ਭੜੀ ਨਾ ਚੰਗੀ ਉਹ ਸੁਣ ਯਾਰਾ ਬੋਲੇ ਇੱਕ ਤਾਰਾ ਮਹਿੰਦੀ ਦਾ ਯਾਰਾ ਧੜ 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 ਧੜ